Sallallahu alayka ya Habiballah, sallallahu alayka ya Rasulallah, ya Rasulallah, ya Habiballah, sallallahu alayka ya Rasulallah, sallallahu alayka ya Habiballah. A'udhu billahi minash shaitanir rajim, bismillahir rahmanir rahim. ਮੇਰੇ ਦੋਸਤੋ ਅਤੇ ਮੇਰੀ ਮਾਓ ਅਤੇ ਭੈਣੋ, ਤੁਹਾਨੂੰ ਮੈਂ ਕੈਸਾ ਵਜ਼ੀਫਾ ਦੱਸਣ ਲੱਗਾ ਜਿਹੜੇ ਤੁਸੀਂ ਕਹਿੰਦੇ ਹੋ ਸਾਡੇ ਬੱਚੇ ਨਾ ਫਰਮਾਨ ਨੇ, ਫਰਮਾ ਬਰਦਾਰ ਨਹੀਂ ਹੁੰਦੇ. ਅੱਜ ਤੁਹਾਨੂੰ ਮੈਂ ਕੈਸਾ ਵਜ਼ੀਫਾ ਦੱਸਣ ਲੱਗਾ, ਤੁਸੀਂ ਇਹਨੂੰ ਪੜ੍ਹ ਕੇ ਇਨਸ਼ਾਅੱਲਾ ਕਿਸੇ ਮਿੱਠੀ ਚੀਜ਼ 'ਤੇ ਪੜ੍ਹ ਕੇ ਉਹਨੂੰ ਤੁਸੀਂ ਖਾਣਾ ਕਰਨਾ ਸੁਬਾਹ. ਇਹ ਮੇਰੀਆਂ ਕਿਹੜੀਆਂ ਵੱਡੀਆਂ ਵਾਲਦਾਂ ਘਰ ਦਾਦੀਆਂ ਹੁੰਦੀਆਂ, ਮਾਵਾਂ ਹੁੰਦੀਆਂ, ਉਹਨਾਂ ਦਾ ਖਾਸ ਤੌਰ 'ਤੇ ਉਹਨਾਂ ਨੂੰ ਕੰਮ ਹੈ ਪੜ੍ਹ ਕੇ ਅਤੇ ਬੱਚਿਆਂ ਨੂੰ ਖਵਾਉਣ ਦੇ. ਇਨਸ਼ਾਅੱਲਾ ਬੱਚਿਆ ਫਰਮਾ ਬਰਦਾਰ ਹੋਏਗੀ, ਬਿਲਕੁਲ ਹੈ, ਮੁਹੱਬਤਾਂ ਢੱਲ ਕੇ ਢੱਡ ਕੇ ਬਹਿ ਜਾਣਗੇ. ਅਤੇ ਇਸ ਸਮ ਤੁਹਾਨੂੰ ਮੈਂ ਅੱਲਾਹ ਦੇ ਪੜ੍ਹਨੇ, ਤੁਸੀਂ ਹੋਰ ਕੋਈ ਚੀਜ਼ ਪੜ੍ਹਨੀ ਨਹੀਂ, ਬੇਫਿਕਰ ਹੋ ਕੇ ਪੜ੍ਹਨਾ ਤੁਸੀਂ, ਉਹ ਤੁਹਾਨੂੰ ਪੜ੍ਹਨੇ ਦੱਸ ਦੇਣਾ. ਸਿਰਫ 72 ਦਫ਼ਾ ਪੜ੍ਹਨੇ ਕਨੇ, ਤਿੰਨੇ ਇਸ ਮਿਲਾ ਕੇ ਅਤੇ ਪੜ੍ਹਨ ਦਾ ਤੁਹਾਨੂੰ ਤਰੀਕਾ ਵੀ ਦੱਸ ਦਿਆ. 72 ਦਫ਼ਾ ਪੜ੍ਹਨਾ, ਅਤੇ ਪੜ੍ਹਨਾ ਕੀ ਹੈ? ਯਾ ਵਦੂਦੋ ਯਾ ਹਾਫਿਜ਼ੋ, ਯਾ ਵਦੂਦੋ ਯਾ ਹਾਫਿਜ਼ੋ, ਯਾ ਮੁਗਨੀ, ਯਾ ਵਦੂਦੋ ਯਾ ਹਾਫਿਜ਼ੋ ਯਾ ਮੁਗਨੀ ਯੋ. ਬਸ ਇਹ ਤਿੰਨ ਲਫ਼ਜ਼ 72 ਦਫ਼ਾ ਤੁਸੀਂ ਪੜ੍ਹਨੇ ਨੇ, ਅਤੇ ਇਨਸ਼ਾਅੱਲਾ ਤੁਸੀਂ ਪੜ੍ਹ ਕਿਤੇ ਮਿੱਠੀ ਚੀਜ਼ 'ਤੇ ਉਹਨਾਂ ਨੂੰ ਬੱਚਿਆਂ ਨੂੰ ਖਵਾਉਣਾ. ਬੱਚੇ ਫਰਮਾ ਬਰਦਾਸ਼ਤ ਹੋਣਗੇ, ਤੁਸੀਂ ਜਿਸ ਤਰ੍ਹਾਂ ਚਾਹੋਗੇ ਬੱਚੇ ਤੁਹਾਡੇ ਉਸ ਤਰ੍ਹਾਂ ਮੁੜਨਗੇ. ਅਤੇ ਦੋਸਤੋ ਇਹ ਤੁਸੀਂ ਪੜ੍ਹੋ, ਅਤੇ ਫਿਰ ਇਨਸ਼ਾਅੱਲਾ ਤੁਸੀਂ ਬਾਬੇ ਆਪ ਨੂੰ ਯਾਦ ਹੀ ਕਰੋਗੇ. ਅੱਛਾ ਜੀ, ਫਿਰ ਅਸਲਾਮ ਅਲੈਕੁਮ.